ਆ ਕੁਝ ਕਹਿੰਦੇ ਬੜਾ ਸੌਖਾ ਮਾਰਗ ਆ ਜੇ ਸਾਡਾ ਬੰਦਨ ਮੰਨ ਲਵੇ ਬੇੜੀ ਤੂੰ ਤਾਂ ਭਗਤੀ ਕਰਿਆ ਕਰ ਬੰਦਗੀ ਕਰਿਆ ਕਰ ਬੰਦਗੀ ਕਰੇਗਾ ਤੇਰੇ ਸਾਰੇ ਕਾਰਜ ਹੋ ਜਾਣਗੇ ਆਪੋ ਵਾਹਿਗੁਰੂ ਬੜਾ ਸਰਲ ਦਾ ਸ਼ਬਦ ਬੜੇ ਸਿੱਧੇ ਜਿਹੇ ਅੱਖਰ ਮਹਾਂਪੁਰਖਾਂ ਦੇ ਆਖੇ ਬੇੜੀ ਜੇ ਤੂੰ ਬੰਦਗੀ ਕਰੇ ਜੇ ਤੂੰ ਸਿਮਰਨ ਕਰੇ ਜੇ ਤੂੰ ਨਾਮ ਜਪੇ ਨਾ ਕਿਤੇ ਜੇ ਤੂੰ ਯਾਦ ਵਿੱਚ ਲੱਗ ਜਾਏ ਨਾ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਪੈਣੀ ਉਹ ਫਿਕਰ ਪਰਮਾਤਮਾ ਗੁਰੂ ਤੇਰਾ ਇੱਕ ਭੁੱਖ ਦੀ ਗੱਲ ਕਰਦਾ ਇੱਕ ਕੰਮ ਦੀ ਗੱਲ ਕਰਦਾ ਤੇਰੇ ਸਾਰੇ ਕਾਰਜ ਹੋ ਜਾਣਗੇ ਆਪੋ ਵਾਹਿਗੁਰੂ ਸਾਰੇ ਕੰਮ ਹੋ ਜਾਣਗੇ ਤੇਰੇ ਬੇਟੀ ਨੇ ਜੋੜੇ ਹੱਥ ਨਮਸਕਾਰ ਕੀਤੀ ਕਹਿੰਦਾ ਮਹਾਂਪੁਰਖੋ ਸਤ ਬਚਨ ਅੱਜ ਤੋਂ ਹੀ ਮੈਂ ਨਾਮ ਜਪਣਾ ਸ਼ੁਰੂ ਕੀਤਾ ਮਹਾਂਪੁਰਸ਼ਾਂ ਨੇ ਦੂਸਰੀ ਗੱਲ ਹੋਰ ਦੱਸੀ ਕਹਿੰਦੇ ਬੇਟੀ ਦੂਜੀ ਗੱਲ ਵੀ ਸੁਣ ਲਾ ਕਹਿੰਦੇ ਹਾਂਜੀ ਇਹ ਤੁਸੀਂ ਐ ਸਮਝੋ ਵੀ ਸਾਨੂੰ ਕਹਿ ਰਹੇ ਆਪੋ ਵਾਹਿਗੁਰੂ ਐ ਸਮਝੋ ਬੇਟੀ ਦੀ ਗੱਲ ਵੀ ਸਾਡੀ ਗੱਲ ਆਪਣੀ ਗੱਲ ਮਹਾਂਪੁਰਖਾਂ ਨੇ ਦੂਜੀ ਗੱਲ ਦੱਸੀ ਕਹਿੰਦੇ ਬੇੜੀ ਨਾਮ ਦੁਨੀਆ ਜਪਦੀ ਆ ਸੰਸਾਰ ਜਪਦਾ ਪਰ ਤੂੰ ਜਪਣਾ ਬਿਨਾ ਇੱਛਿਆ ਤੋਂ ਆਪੋ ਵਾਹਿਗੁਰੂ ਬਿਨਾ ਕਿਸੇ ਮੰਗ ਤੋਂ ਜਪ ਇੱਛਾ ਇਹ ਨੀ ਕਹਿਣਾ ਜਿਵੇਂ ਹੁਣ ਆਪਾਂ ਕਰਦੇ ਹਾਂ ਸੱਚੇ ਪਾਤਸ਼ਾਹ ਅੱਜ ਮੇਰਾ ਕੰਮ ਮੰਨਦੇ ਸੱਚੇ ਪਾਤਸ਼ਾਹ ਮੇਰਾ ਮੁੰਡਾ ਨੌਕਰੀ ਲੱਗ ਗਏ ਆਪੋ ਵਾਹਿਗੁਰੂ ਇੱਛਾ ਨਾ ਕੋਈ ਬੰਦਗੀ ਕਰ ਜਾ ਕੇ ਬੇੜੀ ਨੇ ਸੰਤ ਬਚਨ ਕੰਨਿਆ ਨਮਸਕਾਰ ਕੀਤੀ ਤੁਰ ਪਿਆ ਹੁਣ ਘਰੇ ਰੋਜ਼ ਸਵੇਰੇ ਨਿਕਲਦਾ ਹੈ ਤੇ ਬਹੁਤ ਦੂਰ ਪਿੰਡ ਤੋਂ ਜਾ ਕੇ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਕੋਈ ਦੇਖਦਾ ਨਾ ਹੋਵੇ ਉੱਥੇ ਜਾ ਕੇ ਚੌਂਕੜਾ ਲਾ ਕੇ ਫਿਰ ਬੰਦਗੀ ਕਰਦਾ ਜਿਵੇਂ ਮਹਾਂਪੁਰਖਾਂ ਨੇ ਦੱਸਿਆ ਜਿਹੜੀ ਸ਼ਬਦ ਜਿਹੜਾ ਨਾਮ ਮਹਾਂਪੁਰਖਾਂ ਨੇ ਦੱਸਿਆ ਉਹਨੂੰ ਜਪਦਾ ਤੇ ਇੱਕ ਦਿਨ ਦੋ ਦਿਨ ਚਾਰ ਦਿਨ ਦਸ ਦਿਨ ਜਦੋਂ ਜਾਂਦੇ ਆ ਹੋ ਗਏ ਰਸ ਆਉਣਾ ਸ਼ੁਰੂ ਹੋਇਆ ਬਿਰਤੀ ਲੱਗਣ ਲੱਗੀ ਪਹਿਲਾਂ ਪਹਿਲਾਂ ਤਾਂ ਮਨ ਹੀ ਨਹੀਂ ਲੱਗਦਾ ਜਿਹੜੇ ਪਹਿਲਾਂ ਪਹਿਲਾਂ ਜੁੜਦੇ ਨੇ ਪਾਠ ਕਰਦੇ ਤੇ ਨਾਮ ਜਪਦੇ ਤੇ ਬੜੇ ਤੰਗ ਹੁੰਦੇ ਨੇ ਉਹ ਚੌਂਕੜਾ ਨੀ ਬੰਨਦਾ ਉਹਨਾਂ ਤੋਂ ਜੇ ਚੌਂਕੜਾ ਬੱਜ ਗਿਆ ਫਿਰ ਪਾਠ ਕਰਨ ਨੂੰ ਮਨ ਨਹੀਂ ਲੱਗਦਾ ਜੇ ਪਾਠ ਕਰਨ ਲੱਗ ਗਏ ਫਿਰ ਦੋ ਦੂਸਰੇ ਤੀਸਰੇ ਦਿਨ ਉਹਨਾਂ ਦਾ ਨਾਗਾ ਪੈ ਜਾਂਦਾ ਆਖੋ ਵਾਹਿਗੁਰੂ ਕਦੇ ਸਿਰ ਦਰਦ ਹੋ ਗਿਆ ਕਦੇ ਲੱਕ ਦਰਦ ਹੋ ਗਿਆ ਕਦੇ ਕੋਈ ਗੱਲ ਹੋ ਗਈ ਕਦੇ ਕੋਈ ਗੱਲ ਹੋ ਗਈ ਦੋ ਦਿਨ ਜਪਿਆ ਤਿੰਨ ਦਿਨ ਫਿਰ ਬੰਦ ਫਿਰ ਜਪ ਲਿਆ ਫਿਰ ਬੰਦ ਪਰ ਬੇੜੀ ਤਾਂ ਲਗਾਤਾਰ ਸ਼ੁਰੂ ਹੋ ਗਿਆ ਆਖੋ ਵਾਹਿਗੁਰੂ ਹੁਣ ਆਪਣੇ ਅੰਦਰ ਵੀ ਮਾਰਿਆ ਜਾਂਦੀ ਗੁਰਮੁਖ ਬੇੜੀ ਭਗਤ ਕਰ ਪਾਏ ਗੁਰਦਾਸ ਜੀ ਕਹਿੰਦੇ ਕਹਿੰਦੇ ਗੁਰਮੁਖ ਬਣ ਗਿਆ ਗੁਰਮੁਖ ਬੇੜੀ ਭਗਤ ਕਰ ਹੋਏ ਇਕਾਂਤ ਬਹਿ ਲਿਵ ਲਾਵੈ ਲਿਵ ਜੋੜਦਾ ਲਿਵ ਪਿਆਰੇ ਜੀ ਗੁਰਮੁਖ ਬੇੜੀ ਬਣ